ਉਹ ਸੂਟ ਪਟਿਆਲਾ ਸ਼ਾਹੀ ਕੱਢਮੀ ਜੀ ਜੁੱਤੀ ਕਦੇ ਟੌਪ ਨਾਲ ਪਾਲਮ ਜੀਨਨੀ ਜੇ ਤੂੰ ਕੁੜੀਏ ਕੁਆਰੀ ਮੈਂ ਵੀ ਸਿਰੇ ਦਾ ਸ਼ਿਕਾਰੀ ਹੜਕੇ ਛੱਡੂ ਨਾ ਕਦੇ ਬਾਂ ਬਣ ਗਏ ਸਵਾਲ ਮੁੱਛਦੇ ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ ਅੰਗ ਬਰੂ ਦੇ ਬੁੱਲ ਸੁੱਕ ਗਏ ਇੰਟਰਸਟ ਹੈ ਤੁਹਾਨੂੰ ਮਨਾ ਵੀ ਨਹੀਂ ਕਰ ਰਹੇ ਬਿਲਕੁਲ ਮਨਾ ਕਿਉਂ ਕਰਨਾ ਜੀ ਹੈ ਨਾ ਜੇ ਇੱਦਾਂ ਕੋਈ ਚਲੋ ਸਮਾਜ ਦੀ ਸੇਵਾ ਹੋ ਸਕੇ ਜੇ ਸਾਡੇ ਲਾਈਕ ਇੱਦਾਂ ਦਾ ਕੋਈ ਅਹੁਦਾ ਕੋਈ ਆਉਂਦਾ ਇੱਦਾਂ ਜੇ ਕੋਈ ਸਾਨੂੰ ਕਹਿੰਦਾ ਹੈ ਕਿਸੇ ਗੱਲ ਨੂੰ ਮੇਰੇ ਲਈ ਖੁਸ਼ੀ ਦੀ ਗੱਲ ਮੈਨੂੰ ਸਾਲੇ ਦੇ ਵਿਆਹ ਦਾ ਪੂਰਾ ਚਾਹ ਸਾਲੀਏ ਉਹ ਜਦੋਂ ਤੱਕ ਨੱਚੇਗੀ ਮੈਂ ਵਾਰੀ ਆਊਂਗਾ ਨੋਟ ਤੇਰੇ ਜੀਜੇ ਦਾ ਇਹ ਦਿਲ ਦਰਿਆ ਸਾਲੀਏ ਮੈਂ ਇਹ ਚੈਨਲ ਦੇ ਜ਼ਰੀਏ ਇੱਕ ਗੱਲ ਕਹਿਣੀ ਚਾਹੁੰਦਾ ਵੀ ਕਰਮਜੀਤ ਅਨਮੋਲ ਮੇਰੇ ਵੀਰ ਨੂੰ ਤੁਸੀਂ MP ਬਣਾਓ ਅਤੇ ਉਹ ਤੁਹਾਡੇ ਵਿੱਚ ਰਹੂਗਾ ਹਾਂ ਦੁੱਖ ਦੇ ਸੁੱਖ ਦੇ ਖਾਸ ਕਰਕੇ ਪੰਜਾਬ ਦਾ ਉਹ ਧੀ ਪੁੱਤ ਆਪਣੇ ਦਾ ਅਤੇ ਹੈ ਤਾਂ ਉਹ ਵੀ ਚਲੋ ਪੰਜਾਬ ਦੇ ਨੇ ਬਟ ਉਹ ਬੰਬੇ ਰਹਿੰਦੇ ਆ ਅਤੇ ਕਰਮਜੀਤ ਵਾਅਦਾ ਹੈ ਸਾਡਾ ਵੀ ਭਰਾ ਸਾਡਾ ਥੋੜ੍ਹੇ ਵਿੱਚ ਰਹੂਗਾ ਸਤਿ ਸ਼੍ਰੀ ਅਕਾਲ ਮੈਂ ਹਰਸ਼ਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਅਸੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਵਰੇਜ ਕਰ ਰਹੇ ਸੀ ਇਸ ਵਿਚਕਾਰ ਸਾਨੂੰ ਦੋ ਐਸੇ ਸ਼ਖਸ ਮਿਲੇ ਜਿਨ੍ਹਾਂ ਨਾਲ ਮੈਂ ਇੰਟਰੋਡਕਸ਼ਨ ਕੀ ਕਰਵਾਵਾਂ ਇਹਨਾਂ ਨੂੰ ਕਿਸੇ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈ ਇਹਨਾਂ ਦਾ ਨਾਮ ਨਹੀਂ ਮੈਂ ਦੱਸਾਂਗੀ ਇਹਨਾਂ ਤੋਂ ਹੀ ਪਹਿਲਾਂ ਇੱਕ ਗੀਤ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਉਹ ਸੂਟ ਪਟਿਆਲਾ ਸ਼ਾਹੀ ਕੱਢਮੀ ਜੀ ਜੁੱਤੀ ਕਦੇ ਟੌਪ ਨਾਲ ਪਾਲਮ ਜੀਨਨੀ ਕਾਲਜ 'ਚ ਮੁੰਡਿਆਂ ਨਾਲ ਲਾ ਲਈਏ ਸ਼ਰਤ ਬਿੱਲੋ ਤੇਰੇ ਨਾਲ ਬਹਿ ਕੇ ਕੌਫੀ ਪੀਣ ਦੀ ਜੇ ਤੂੰ ਕੁੜੀਏ ਕੁਆਰੀ ਮੈਂ ਵੀ ਸਿਰੇ ਦਾ ਸ਼ਿਕਾਰੀ ਫੜਕੇ ਛੱਡੂ ਨਾ ਕਦੇ ਬਾਂ ਬਣ ਗਏ ਸਵਾਲ ਮੁੱਛਦੇ ਤੈਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ ਅੰਗ ਬਰੂ ਦੇ ਬੁੱਲ ਸੁੱਕ ਗਏ ਮੈਂ ਆਪਣੀ ਇੰਟਰੋਡਕਸ਼ਨ ਆਪੇ ਦੇ ਸਕਦਾ ਹਾਂ ਕਿਉਂਕਿ ਮੇਰਾ ਛੋਟਾ ਜਿਹਾ ਨਾਂ ਹੈ ਜੈਲੀ ਤਾਂ ਬਿਲਕੁਲ ਤੁਸੀਂ ਇਹਨਾਂ ਦੇ ਗਾਣੇ ਬਹੁਤ ਸੁਣੇ ਹੋਣਗੇ ਕਿੰਨੇ ਸਮੇਂ ਤੋਂ ਕਿੰਨੇ ਸਾਲਾਂ ਤੋਂ ਅਸੀਂ ਇਹਨਾਂ ਦੇ ਗਾਣੇ ਸੁਣਦੇ ਆਏ ਹਾਂ ਅਤੇ ਅਜੇ ਵੀ ਸਦਾ ਬਹਾਰ ਗਾਣੇ ਨੇ ਵਿਆਹ ਸ਼ਾਦੀ 'ਤੇ ਚਲੇ ਜਾਓ ਤੁਸੀਂ ਇਹਨਾਂ ਦੇ ਗਾਣੇ ਜ਼ਰੂਰ ਸੁਣਦੇ ਹੋ ਅਤੇ ਅਗਲੇ ਸਾਡੇ ਨਾਲ ਸ਼ਖਸ ਦੇ ਹਾਂਜੀ ਉਹ ਝੋਨੇ ਦੀ ਟਰਾਲੀ ਸਿੱਟੀ ਮੰਡੀ 'ਚ ਸਵੇਰੇ ਮੁੱਕਦੇ ਨਾ ਨੋਟ ਪਏ ਬੈਂਕਾਂ 'ਚ ਬਥੇਰੇ ਮੈਨੂੰ ਸਾਲੇ ਦੇ ਵਿਆਹ ਦਾ ਪੂਰਾ ਚਾਹ ਸਾਲੀਏ ਉਹ ਜਦੋਂ ਤੱਕ ਨੱਚੇਗੀ ਮੈਂ ਵਾਰੀ ਆਊਂਗਾ ਨੋਟ ਤੇਰੇ ਜੀਜੇ ਦਾ ਇਹ ਦਿਲ ਦਰਿਆ ਸਾਲੀਏ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਭੁਪਿੰਦਰ ਗਿੱਲ ਹਾਂਜੀ ਇੰਟਰੋਡਕਸ਼ਨ ਦੀ ਜ਼ਰੂਰਤ ਤੁਹਾਨੂੰ ਵੈਸੇ ਸੀ ਨਹੀਂ ਆਵਾਜ਼ ਤੁਹਾਡੀ ਹੈ ਹਰ ਘਰ ਘਰ ਤੱਕ ਪਹੁੰਚੀ ਹੋਈ ਹੈ ਤੁਹਾਡਾ ਪਿਆਰ ਹੈ ਜੀ ਇਹ ਤੁਹਾਡਾ ਸਾਰਾ ਅਸੀਂ ਕਵਰੇਜ ਕਰ ਰਹੇ ਸੀ ਅਤੇ ਅਸੀਂ ਦੇਖਿਆ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਘੁੰਮ ਰਹੇ ਹੋ ਕਰਮਜੀਤ ਅਨਮੋਲ ਜੀ ਦੇ ਨਾਲ ਘੁੰਮ ਰਹੇ ਹੋ ਕੀ ਚੱਕਰ ਹੈ ਤੁਸੀਂ ਵੀ ਪਾਰਟੀ ਜੁਆਇਨ ਕਰ ਰਹੇ ਹੋ ਨਹੀਂ ਸਾਡਾ ਭਰਾ ਹੈ ਜੀ ਅਤੇ ਅਸੀਂ ਸ਼ੁਰੂ ਤੋਂ ਉਹਨਾਂ ਨਾਲ ਜੁੜੇ ਹੋਏ ਹਾਂ ਸਾਡੀ ਜਿਹੜੀ ਅੰਦਰੋਂ ਆਵਾਜ਼ ਸੀ ਵੀ ਹਾਂ ਵੀ ਭਰਾ ਦੇ ਨਾਲ ਸਾਨੂੰ ਜਾਣਾ ਚਾਹੀਦਾ ਹੈ ਨਾ ਕਿਉਂਕਿ ਕੁਛ ਕੁ ਬੰਦੇ ਹੁੰਦੇ ਆ ਜਿਹੜੇ ਸਮਾਜ ਦੇ ਵਿੱਚ ਰੁਤਬਾ ਰੱਖਦੇ ਹੁੰਦੇ ਆ ਸੋ ਸਾਨੂੰ ਲੱਗਦਾ ਵੀ ਸਾਡਾ ਭਰਾ ਰੁਤਬਾ ਰੱਖਦਾ ਉਹ ਅਤੇ ਤਾਂ ਕਰਕੇ ਅਸੀਂ ਉਹਦੇ ਨਾਲ ਆ ਕਿ ਭਾਵੇਂ ਚਾਹੇ ਉਹ ਚੰਗਿਆਂ 'ਚ ਚਾਹੇ ਮਾੜਿਆਂ 'ਚ ਜੋ ਮਰਜ਼ੀ ਹੈ ਪਰ ਇਹ ਤਾਂ ਬਹੁਤ ਵਧੀਆ ਕੰਮ ਕਰ ਰਹੇ ਨੇ ਵਧੀਆ ਕਲਾਕਾਰ ਨੇ ਵਧੀਆ ਇਨਸਾਨ ਨੇ ਸੋ ਨਾ ਅਸੀਂ ਤੁਰੇ ਹਾਂ ਤੁਸੀਂ ਸਿਆਸਤ ਨੂੰ ਸਮਾਜ ਸੇਵਾ ਕਹਿ ਰਹੇ ਹੋ ਬਿਲਕੁਲ ਜੀ ਸਮਾਜ ਸੇਵਾ ਹੀ ਹੈ ਸਮਾਜ ਸੇਵਾ ਹੁੰਦੀ ਹੈ ਪੋਲੀਟਿਕਸ 'ਚ ਇੰਨੇ ਸਾਲਾਂ ਤੋਂ ਤੁਸੀਂ ਸਿਆਸਤ ਦੇਖੀ ਹੈ ਕਿੰਨੇ ਸਮਾਜ ਸੇਵਾ ਕੀਤੀ ਹੈ ਇਹ ਤਾਂ ਹੁਣ ਚਲੋ ਚੱਲਦੀ ਆ ਰਹੀ ਹੈ ਇਹ ਕਿਹੜੇ ਹੁਣ ਅੱਜ ਦੀ ਜਾਂ 2 ਸਾਲ ਜਾਂ 5 ਸਾਲ ਦੀ ਗੱਲ ਹੈ ਇਹ ਤਾਂ ਸ਼ੁਰੂ ਤੋਂ ਇੱਦਾਂ ਹੀ ਚੱਲਦਾ ਆ ਰਿਹਾ ਠੀਕ ਹੈ ਅਸੀਂ 2022 'ਚ ਨਾ ਕਰਮਜੀਤ ਅਨਮੋਲ ਜੀ ਦਾ ਵੀ ਇੰਟਰਵਿਊ ਕੀਤਾ ਸੀ ਉਹ ਭਗਵੰਤ ਮਾਨ ਦੇ ਲਈ ਪ੍ਰਚਾਰ ਕਰ ਰਹੇ ਸੀ ਅਸੀਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਕਿਤੇ ਇਹ ਤਾਂ ਨਹੀਂ ਕਿ ਤੁਸੀਂ ਪੋਲੀਟਿਕਸ 'ਚ ਆ ਰਹੇ ਹੋ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਹੋ ਉਹਨਾਂ ਨੇ ਮਨਾ ਕਰ ਦਿੱਤਾ ਮੈਂ ਇਹੀ ਸਵਾਲ ਹੁਣ ਤੁਹਾਨੂੰ ਕਰ ਰਹੀ ਹਾਂ ਕਿਤੇ ਇਹ ਤਾਂ ਨਹੀਂ ਤੁਸੀਂ ਆਮ ਆਦਮੀ ਪਾਰਟੀ 'ਚ ਆ ਰਹੇ ਹੋ ਪੋਲੀਟਿਕਸ ਜੁਆਇਨ ਕਰ ਰਹੇ ਹੋ ਇਹ ਤਾਂ ਰੱਬ ਜਾਣਦਾ ਜੀ ਤਾਂ ਸਮਾਂ ਹੀ ਦੱਸਦਾ ਹੁੰਦਾ ਕੋਈ ਵੀ ਅਜੇ ਮੁੱਖ ਮੰਤਰੀ ਜੀ ਦੀ ਸਪੋਰਟ ਜਦੋਂ ਕਰਮਜੀਤ ਜੀ ਆਏ ਸੀਗੇ ਹੈ ਨਾ
ਉਦੋਂ ਇਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਹੈ ਨਾ ਵੀ ਕਿਤੇ MP ਦੀ ਸੀਟ ਤੇ, ਉਹਨਾਂ ਨੇ ਮਨਾ ਕਰਤਾ ਕਹਿੰਦੇ 2-3 ਮਹੀਨਿਆਂ ਦਾ ਇਹ ਸਬਬ ਬਣ ਗਿਆ, ਇਹ ਪਰਮਾਤਮਾ ਦੇ ਬਾਬੇ ਨਾਨਕ ਦੀ ਕਿਰਪਾ, ਇੱਕ ਮੌਕਾ ਹੈ ਨਾ, ਅਪਰਚੁਨਿਟੀ ਮਿਲੀ ਉਹਨਾਂ ਨੂੰ ਤਾਂ ਅਗਲਾ ਕਿਹੜਾ ਛੱਡਦਾ ਫਿਰ ਕੋਈ ਗੱਲ ਨਹੀਂ। ਉਹ ਕਹਿੰਦੇ ਮੈਨੂੰ ਸਾਰੀਆਂ ਪਾਰਟੀਆਂ ਤੋਂ ਆਫਰ ਆਏ ਸੀ, ਅਕਾਲੀ ਦਲ, BJP, ਕਾਂਗਰਸ, ਹਰ ਪਾਰਟੀ ਤੋਂ ਆਫਰ ਆਏ। ਉਹ ਕਹਿੰਦੇ ਮੈਂ ਆਮ ਆਦਮੀ ਪਾਰਟੀ ਚੁਣੀ। ਤੁਹਾਨੂੰ ਕੀ ਲੱਗਦਾ ਪੰਜਾਬ 'ਚ ਕਿਹੜੀ ਪਾਰਟੀ ਕੰਮ ਕਰਦੀ ਪਈ ਹੈ, ਤੁਹਾਡਾ ਇਲਾਕਾ ਕਿਹੜਾ? ਮੇਰਾ ਇਲਾਕਾ ਜੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ, ਫਤਿਹਗੜ੍ਹ ਸਾਹਿਬ ਜ਼ਿਲ੍ਹਾ ਕਸਬਾ, ਮੇਰਾ ਪੈਂਦਾ ਖਮਾਣੋ ਅਤੇ ਛੋਟਾ ਜਿਹਾ ਪਿੰਡ ਹੈ ਨਾਲ ਬਿਲਾਸਪੁਰ, ਮੈਂ ਉੱਥੋਂ ਬਿਲੋਂਗ ਕਰਦਾ। ਅਤੇ ਮੈਨੂੰ ਲੱਗਦਾ ਵੀ ਹਾਂ ਵੀ ਆਮ ਆਦਮੀ ਪਾਰਟੀ ਜਿਹੜੀ ਵੀ ਆਮ ਬੰਦਿਆਂ ਨਾਲ ਜੁੜੀ ਹੋਈ ਹੈ ਨਾ, ਇੱਕ ਹੋਰ ਵੀ ਅਸੀਂ ਪਾਰਟੀਆਂ ਨੂੰ ਬਥੇਰਾ ਚਲੋ ਹੁਣ ਤੱਕ ਦੇਖਦੇ ਆਏ ਹਾਂ ਨਾ, ਵੀ ਇੱਕ ਮੌਕਾ ਜ਼ਰੂਰ ਚਾਹੀਦਾ ਹੁੰਦਾ ਵੀ ਹਾਂ ਵੀ ਹਰੇਕ ਬੰਦੇ ਨੂੰ ਮਿਲਣਾ ਚਾਹੀਦਾ। 2022 'ਚ ਮੌਕਾ ਮਿਲਿਆ ਅਤੇ ਲੱਗਦਾ ਆਮ ਆਦਮੀ ਪਾਰਟੀ ਨੇ ਕੰਮ ਕੀਤੇ? ਬਿਲਕੁਲ ਜੀ, ਬਿਲਕੁਲ ਕੀਤੇ, ਕਿਉਂਕਿ ਸਮਾਂ ਜਿੰਨਾ ਹੁਣ ਕਹਿ ਸਕਦਾ ਵੀ ਕੰਮੇ ਇੰਨੇ ਸੀ ਹੈ ਨਾ ਵੀ ਉਹ ਹੌਲੀ ਹੌਲੀ ਕਰਕੇ ਹੋਣੇ ਸੀ, ਉਹ ਹੌਲੀ ਹੌਲੀ ਹੋ ਰਹੇ ਨੇ। ਤੁਹਾਡੇ ਸਾਥੀ ਉੱਧਰ ਨੇ ਇਸ ਕਰਕੇ ਤਾਂ ਨਹੀਂ ਆਮ ਆਦਮੀ ਪਾਰਟੀ ਦੇ ਜ਼ਿਆਦਾ ਤਾਰੀਫਾਂ ਹੋ ਰਹੀਆਂ? ਕਿੱਦਾਂ ਜੀ? ਤੁਹਾਡੇ ਸਾਥੀ ਇੱਧਰ ਨੇ ਆਮ ਆਦਮੀ ਪਾਰਟੀ 'ਚ ਇਸ ਕਾਰਨ ਤਾਂ ਨਹੀਂ ਆਮ ਆਦਮੀ ਪਾਰਟੀ ਦੀ ਜ਼ਿਆਦਾ ਤਾਰੀਫ ਹੋ ਰਹੀ? ਨਹੀਂ ਨਹੀਂ, ਆਪਣਾ ਭੈਣ ਭਾਈ ਜਿੱਥੇ ਖੜ੍ਹਦਾ ਜੀ, ਅਤੇ ਜਿਵੇਂ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਤੁਹਾਡੇ ਚੈਨਲ 'ਤੇ ਆਪਾਂ ਗੱਲਬਾਤ ਕਰ ਰਹੇ, ਇਸ ਕਰਕੇ ਆਪਣੇ ਭੈਣ ਭਾਈਆਂ ਨਾਲ ਖੜ੍ਹਨਾ ਚਾਹੀਦਾ, ਕਿਉਂਕਿ ਸਾਡੇ ਆਰਟਿਸਟ ਜਿਹੜੇ ਸਾਡੇ ਭਰਾ ਨੇ, ਸਾਡੇ ਪੰਜਾਬ ਦੇ ਬਹੁਤ ਹੀ ਸਤਿਕਾਰ ਜੋ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਜੀ, ਅਸੀਂ ਉਹਨਾਂ ਦੀ ਸਪੋਰਟ 'ਚ ਵੀ ਆਏ ਸੀਗੇ। ਬਲਕਾਰ ਸਿੱਧੂ ਜੀ ਹਲਕਾ ਰਾਮਪੁਰਾ ਫੂਲ ਤੋਂ ਅਸੀਂ ਉਹਨਾਂ ਦੀ ਸਪੋਰਟ 'ਚ ਵੀ ਗਏ ਹਾਂ 2022 ਚ ਉਹਨਾਂ ਲਈ। ਹਾਂਜੀ ਹਾਂਜੀ, ਉਹ ਅੱਜ ਆਪਾਂ ਕਰਮਜੀਤ ਅਨਮੋਲ ਵੀਰ ਦੇ ਨਾਲ ਲੋਕ ਸਭਾ ਹਲਕਾ ਫਰੀਦਕੋਟ ਤੋਂ ਹੁਣ MP ਦੀ ਚੋਣ ਲੜਾ ਰਹੇ ਹੈ, ਹੁਣ ਅਸੀਂ ਇਹਨਾਂ ਦੀ ਵੀ ਸਪੋਰਟ ਕਰਦੇ ਹਾਂ ਅਸੀਂ ਇਹਨਾਂ ਨੂੰ। ਤੁਸੀਂ ਦੱਸੋ ਜੈਲੀ ਜੀ, ਤੁਸੀਂ ਤਾਂ ਨਹੀਂ ਕਿਤੇ ਆਮ ਆਦਮੀ ਪਾਰਟੀ ਜਾਂ ਕੋਈ ਪੋਲੀਟੀਕਲ ਪਾਰਟੀ ਜੁਆਇਨ ਕਰਨ ਬਾਰੇ ਸੋਚਿਆ? ਉਹਨਾਂ ਨੇ ਕਹਿ ਦਿੱਤਾ ਕਿ ਅਜੇ ਪਤਾ ਨਹੀਂ। ਨਹੀਂ, ਹੋ ਸਕਦਾ, ਕਿਆ ਪਤਾ ਵੀ ਮੇਰੀ ਕਿਸਮਤ ਦੀ ਗੱਲ ਹੈ ਵੀ ਇੰਟਰਸਟ ਹੈ ਤੁਹਾਨੂੰ, ਮਨਾ ਵੀ ਨਹੀਂ ਕਰ ਰਹੇ ਬਿਲਕੁਲ। ਮਨਾ ਕਿਉਂ ਕਰਨਾ ਜੀ, ਹੈ ਨਾ, ਜੇ ਇੱਦਾਂ ਕੋਈ ਚਲੋ ਸਮਾਜ ਦੀ ਸੇਵਾ ਹੋ ਸਕੇ, ਜੇ ਸਾਡੇ ਲਾਈਕ ਇੱਦਾਂ ਦਾ ਕੋਈ ਅਹੁਦਾ ਕੋਈ ਆਉਂਦਾ, ਇੱਦਾਂ ਜੇ ਕੋਈ ਸਾਨੂੰ ਕਹਿੰਦਾ ਇਸ ਗੱਲ ਨੂੰ, ਤਾਂ ਮੇਰੇ ਲਈ ਖੁਸ਼ੀ ਦੀ ਗੱਲ ਹੋਊ। ਵੈਸੇ ਅੱਗੇ ਅਸੀਂ ਦੇਖਿਆ, ਟ੍ਰੈਂਡ ਦੇਖਿਆ ਪੰਜਾਬ 'ਚ, ਜੋ ਸਿੰਗਰ ਨੇ ਉਹ ਗਾਇਕ ਜੋ ਨੇ ਉਹ ਹੁਣ ਅਦਾਕਾਰ ਬਣਦੇ ਨੇ, ਪਰ ਅਸੀਂ ਹੁਣ ਦੇਖ ਰਹੇ ਹਾਂ ਕਿ ਸਿੰਗਰ ਜੋ ਨੇ ਉਹ ਨੇਤਾ ਬਣ ਰਹੇ ਨੇ, ਇਹ ਨਵਾਂ ਟ੍ਰੈਂਡ ਹੈ? ਵੈਸੇ ਨਹੀਂ, ਟ੍ਰੈਂਡ ਨਹੀਂ, ਇਹ ਤੁਹਾਡਾ ਲੱਕ ਹੈ ਤੁਹਾਡਾ ਇਹ, ਕਿਉਂਕਿ ਪਿਆਰ ਹੈ, ਕਿਉਂਕਿ ਦੇਖੋ ਇੱਕ ਤਾਂ ਨਵੇਂ ਬੰਦੇ ਨੇ ਨਾਂ ਬਣਾਉਣਾ ਹੁੰਦਾ ਕੋਈ MP ਦੀ ਸੀਟ ਚੋਣ 'ਤੇ ਲੜਨ ਵਾਸਤੇ ਨਵਾਂ ਨਾਂ ਬਣਾਉਣਾ, ਇਹ ਤਾਂ ਇਹਨਾਂ ਦੇ ਤਾਂ ਆਲਰੇਡੀ ਨਾਂ ਸਾਹਿਬ ਬਣੇ ਹੋਏ ਹੈ, ਹੈ ਨਾ ਜੀ, ਕਰਮਜੀਤ ਜੀ ਦਾ, ਭਗਵਾਨ ਜੀ ਦਾ। ਅਤੇ ਕਲਾਕਾਰ ਦਾ ਉਹਦਾ ਇੱਕ ਬਹੁਤ ਵੱਡਾ ਹੁੰਦਾ, ਉਹਨੂੰ ਹਰੇਕ ਵਰਗ ਦਾ ਇਨਸਾਨ ਲਾਈਕ ਕਰਦਾ, ਹੈ ਨਾ, ਇਹ ਨਹੀਂ ਵੀ ਹਾਂ ਵੀ ਪੋਲੀਟੀਸ਼ੀਅਨ ਚਾ ਕੇ ਤਾਂ ਸਕਾਂ ਅੱਧੋ ਅੱਧ ਹੋ ਜਾਂਦੇ ਵੀ ਹਾਂ ਉਹ ਪਾਰਟੀ ਨਾਲ ਜੁੜ ਗਿਆ, ਇੱਦਾਂ ਜੁੜ ਗਿਆ, ਪਰ ਮੈਂ ਚਾਹੁੰਦਾ ਵੀ ਉਹ ਉਸ ਚੀਜ਼ ਨੂੰ ਉੱਪਰ ਉੱਠਣਾ ਚਾਹੀਦਾ ਉਹ ਚੀਜ਼, ਹੈ ਨਾ। ਕਈ ਕਲਾਕਾਰ ਫਲੋਪ ਵੀ ਹੋਏ ਨੇ, ਗੁਰਦਾਸਪੁਰ ਦਾ ਹਾਲ ਦੇਖ ਲਓ, ਸਨੀ ਦਿਓਲ ਜੀ, ਇੰਨਾ ਵੱਡਾ ਨਾਮ ਉਹਨਾਂ ਦਾ ਬਾਲੀਵੁੱਡ 'ਚ, ਪੰਜਾਬ ਦੇ ਲੋਕ ਕਿੰਨਾ ਪਿਆਰ ਕਰਦੇ ਸੀ, ਲੋਕਾਂ ਦੀ ਬਦੌਲਤ ਉਹ ਜਿੱਤੇ ਵੀ, ਅਤੇ ਹੁਣ ਤਾਂ ਨਜ਼ਰ ਹੀ ਨਹੀਂ ਆ ਰਹੇ। ਪਰ ਮੈਂ ਇਹ ਚੈਨਲ ਦੇ ਜ਼ਰੀਏ ਇੱਕ ਗੱਲ ਕਹਿਣੀ ਚਾਹੁੰਦਾ ਵੀ ਕਰਮਜੀਤ ਅਨਮੋਲ ਮੇਰੇ ਵੀਰ ਨੂੰ ਤੁਸੀਂ MP ਬਣਾਓ, ਅਤੇ ਉਹ ਤੁਹਾਡੇ ਵਿੱਚ ਰਹੂਗਾ, ਹਾਂ, ਦੁੱਖ ਦੇ ਸੁੱਖ ਦੇ, ਖਾਸ ਕਰਕੇ ਪੰਜਾਬ ਦਾ, ਉਹ ਧੀ ਪੁੱਤ ਆਪਣੇ ਦਾ, ਅਤੇ ਹੈ ਤਾਂ ਉਹ ਵੀ ਚਲੋ ਪੰਜਾਬ ਦੇ ਨੇ ਬਟ ਉਹ ਬੰਬੇ ਰਹਿੰਦੇ ਆ, ਅਤੇ ਕਰਮਜੀਤ ਵਾਅਦਾ ਹੈ ਸਾਡਾ ਵੀ ਭਰਾ ਸਾਡਾ ਥੋੜ੍ਹੇ ਵਿੱਚ ਰਹੂਗਾ, ਇਹਦੀ ਸਪੋਰਟ ਕਰੋ, ਇਹਨੂੰ ਕਾਮਯਾਬ ਕਰੋ। ਇੱਕ ਗੀਤ ਹੋਰ ਹੋ ਜਾਏ ਲੋਕਾਂ ਦੇ ਲਈ ਜੋ ਤੁਹਾਨੂੰ ਸੁਣ ਰਹੇ ਨੇ। ਹੋ ਝੋਨੇ ਦੀ ਟਰਾਲੀ, ਸੋਰੀ, ਇਹ ਮੈਂ ਗਾ ਦਿੱਤਾ। ਹਾਂਜੀ ਬਿਲਕੁਲ, ਵੈਰਾਇਟੀ, ਨਵਾਂ ਗਾਣਾ। ਓ ਭਾਬੀਏ ਨੀ ਦੋਵੇਂ ਹੱਥ ਜੋੜਾਂ, ਮੈਂ ਤੇਰੀ ਕਦੇ ਗੱਲ ਨਾ ਮੋੜਾਂ, ਕਰ ਹੀ ਲਾ ਕੋਈ ਕਰਨੀ, ਜੇ ਛਣ ਛਣ ਹੋ ਜੇ ਦਿਓਰ ਤੇਰੇ ਦੇ ਕਰਨੀ, ਜੇ ਛਣ ਛਣ ਹੋ ਜੇ ਹੋਈ ਨੀ ਡੋਲਿਆਂ 'ਚ ਜਾਨ ਥੰਮ ਦੇਈਦਾ, ਤੂਫਾਨ ਭਰ ਜਾਂਦੇ ਆ ਬੱਦਲ ਵਾਂਗੂ, ਨਹੀਂਓ ਗੱਜਦੇ ਜਿੱਥੋਂ ਲੰਘੀਦਾ, ਲੰਘੀਦਾ ਮੈਂ ਨੀ ਲੋਕੀ ਰਾਹ ਛੱਡਦੇ, ਜਿੱਥੋਂ
ਲੰਗੀ ਦੇ। ਥੈਂਕ ਯੂ ਜੀ। ਕੀ ਪਤਾ ਸਾਡੀ 2027 ਚ ਫਿਰ ਮੁਲਾਕਾਤ ਹੋਵੇ। 2027 ਚ ਵੀ ਤੁਸੀਂ ਕਰੋ। ਹਾਂਜੀ ਪੱਕਾ ਹੋਣਾ ਹੈ। ਹੋਣੀ ਹੈ, ਦੋਨੋਂ ਜੁਆਇਨ ਕਰੋਗੇ ਲੱਗਦਾ ਹੈ। ਹਾਂਜੀ 2027 ਚ ਮੈਂ ਕਿਹਾ ਮੁਲਾਕਾਤ ਹੋਊਗੀ ਸਾਡੀ 2027 ਚ ਵਿਧਾਨ ਸਭਾ ਚੋਣਾਂ ਨੇ, ਮੈਂ ਇਸ ਲਈ ਪੁੱਛ ਰਹੀ ਹਾਂ। ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ, ਜਦੋਂ ਵੀ ਕਿਤੇ ਹੋਇਆ ਆਪਾਂ ਸਪੋਰਟ ਕਰਾਂਗੇ, ਸਾਡੇ ਭਰਾ ਹੋਏ ਦੇਖ ਸਾਡੇ ਜੋ ਸਾਡਾ ਕੋਈ ਕਿਸਮ ਹੋਈ ਦੇਖਾਂਗੇ ਜੀ। ਫਿਲਹਾਲ ਅਸੀਂ ਆਪਣੇ ਭਰਾ ਦੀ ਸਪੋਰਟ 'ਚ ਆਏ ਹਾਂ। ਥੈਂਕ ਯੂ। ਠੀਕ ਹੈ, ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਭੁਪਿੰਦਰ ਗਿੱਲ ਜੀ, ਜੈਲੀ ਜੀ ਪ੍ਰਚਾਰ ਕਰ ਰਹੇ ਨੇ ਕਰਮਜੀਤ ਅਨਮੋਲ ਦੇ ਲਈ, ਅਤੇ ਬਾਕੀ ਦੇਖੋ ਇਹਨਾਂ ਨੇ ਵੀ ਇਸ਼ਾਰਾ ਦਿੱਤਾ ਕਿ ਸਿਆਸਤ ਦੇ ਵਿੱਚ ਇਹ ਵੀ ਐਂਟਰੀ ਕਰ ਸਕਦੇ ਨੇ। ਤੁਹਾਨੂੰ ਕੀ ਲੱਗਦਾ ਹੈ ਅਤੇ ਤੁਸੀਂ ਕੀ ਕੁਛ ਕਹਿਣਾ ਚਾਹੋਗੇ ਇਸ ਗੱਲਬਾਤ ਬਾਰੇ, ਕਮੈਂਟ ਕਰਕੇ ਜ਼ਰੂਰ ਦੱਸੋ। ਕੈਮਰਾ ਪਰਸਨ ਅਲੀਸ਼ਾ ਦੇ ਨਾਲ ਮੈਂ ਅਰਸ਼ਦੀਪ ਕੌਰ।